ਸਾਸ਼ਕਾਲ ਜੀ ਤੁਸੀਂ ਦੇਖ ਰਹੇ ਹੋ ਡੇਲੀ ਪੋਸਟ ਪੰਜਾਬੀ ਬਹਿਹਾ ਤੁਹਾਡੇ ਨਾਲ ਮਨਪ੍ਰੀਤ ਇਸ ਵਕਤ ਦੀ ਸਭ ਤੋਂ ਵੱਡੀ ਖਬਰ ਚੰਡੀਗੜ੍ਹ ਤੋਂ ਆ ਰਹੀ ਹੈ ਜਿੱਥੇ ਇਸ ਸਮੇਂ ਮੀਟਿੰਗਾਂ ਦਾ ਦੌਰ ਜਾਰੀ ਹੈ ਪੰਜਾਬ ਕਾਂਗਰਸ ਦੇ ਪ੍ਰਧਾਨ ਨੂੰ ਲੈ ਕੇ ਜਿਹੜੀਆਂ ਅਟਕਲਾਂ ਚੱਲ ਰਹੀਆਂ ਸੀ ਉਸ ਤੇ ਫਾਈਨਲ ਡਿਸੀਜਨ ਥੋੜੀ ਦੇਰ ਦੇ ਵਿੱਚ ਆ ਸਕਦਾ ਹੈ ਨਵਜੋਤ ਸਿੰਘ ਸਿੱਧੂ ਨੇ ਸਭ ਨੂੰ ਸਰਪ੍ਰਾਈਜ਼ ਕਰ ਦਿੱਤਾ ਚੰਡੀਗੜ੍ਹ ਪਹੁੰਚ ਕੇ ਸੁਨੀਲ ਜਾਖੜ ਦੇ ਨਾਲ ਮੁਲਾਕਾਤ ਕੀਤੀ ਬਲਬੀਰ ਸਿੱਧੂ ਦੇ ਘਰੇ ਮੁਲਾਕਾਤ ਹੋਈ ਹੈ ਹੋਰ ਵੀ ਪਾਰਟੀ ਦੇ ਵੱਡੇ ਲੀਡਰ ਮੌਜੂਦ ਰਹੇ ਮੌਕੇ ਦੇ ਉੱਤੇ ਤਸਵੀਰਾਂ ਸਾਹਮਣੇ ਆਈਆਂ ਨੇ ਤਾਜ਼ਾ ਤਸਵੀਰਾਂ ਤੁਹਾਨੂੰ ਦਿਖਾ ਦਿੰਦੇ ਹਾਂ ਕਿਸ ਤਰੀਕੇ ਦੇ ਨਾਲ ਮੁਲਾਕਾਤ ਹੋਈ ਹੈ ਬੜੀਆਂ ਅਹਿਮ ਗੱਲਾਂ ਦੇ ਉੱਤੇ ਵਿਚਾਰ ਚਰਚਾ ਹੋਈ ਹੈ ਤੇ ਇਸੇ ਦੌਰਾਨ ਹੀ ਇਸ ਸਮੇਂ ਹਰੀਸ਼ ਰਾਵਤ ਤੇ ਕੈਪਟਨ ਅਮਰਿੰਦਰ ਸਿੰਘ ਦੀ ਸਸਵਾ ਹਾਊਸ ਤੇ ਵੀ ਮੁਲਾਕਾਤ ਚੱਲ ਰਹੀ ਹੈ ਕਾਫੀ ਵਿਵਾਦ ਚੱਲ ਰਿਹਾ ਸੀ ਪੰਜਾਬ ਪ੍ਰਧਾਨ ਦੇ ਅਹੁਦੇ ਨੂੰ ਲੈ ਕੇ ਪੰਜਾਬ ਕਾਂਗਰਸ ਪ੍ਰਧਾਨ ਦੇ ਅਹੁਦੇ ਨੂੰ ਲੈ ਕੇ ਸੁਨੀਲ ਜਾਖੜ ਜਿਹੜੇ ਕਿ ਮੌਜੂਦਾ ਕਾਂਗਰਸ ਦੇ ਪ੍ਰਧਾਨ ਨੇ ਪਟਿਆਲਾ ਤੋਂ ਅੱਜ ਸਵੇਰੇ ਨਵਜੋਤ ਸਿੰਘ ਸਿੱਧੂ ਚੱਲੇ ਤੇ ਸਭ ਨੂੰ ਸਰਪ੍ਰਾਈਜ਼ ਕਰ ਦਿੱਤਾ ਸੁਨੀਲ ਜਾਖੜ ਦੇ ਨਾਲ ਮੁਲਾਕਾਤ ਕੀਤੀ ਥੋੜੀ ਦੇਰ ਦੇ ਵਿੱਚ ਪਤਾ ਚੱਲ ਜਾਏਗਾ ਕਿ ਆਖਰਕਾਰ ਡਿਸੀਜਨ ਕੀ ਆਏਗਾ ਕਿਉਂਕਿ ਕਾਫੀ ਦਿਨਾਂ ਤੋਂ ਪੰਜਾਬ ਕਾਂਗਰਸ ਪ੍ਰਧਾਨ ਨੂੰ ਲੈ ਕੇ ਉਹਦੇ ਅਹੁਦੇ ਨੂੰ ਲੈ ਕੇ ਜਿਹੜਾ ਵਾਦ ਵਿਵਾਦ ਚੱਲ ਰਿਹਾ ਸੀ ਦਿੱਲੀ ਦਰਬਾਰ ਵੀ ਸਾਰੇ ਲੀਡਰ ਪਹੁੰਚੇ ਨੇ ਦੋ ਧੜੇ ਜਿਹੜੇ ਦਿਖਾਈ ਦਿੱਤੇ ਕਾਂਗਰਸ ਦੇ ਬਣੇ ਹੋਏ ਕੁਝ ਲੀਡਰ ਨਾਰਾਜ਼ ਦਿਖਾਈ ਦਿੱਤੇ ਤੇ ਕੁਝ ਸਿੱਧੂ ਦੇ ਹੱਕ ਵਿੱਚ ਖੜੇ ਹੋਏ ਸਨ ਪੋਸਟਰ ਵਾਰ ਚੱਲੀ ਟਵਿੱਟਰ ਵਾਰ ਚੱਲੀ ਸੋਸ਼ਲ ਮੀਡੀਆ ਤੇ ਵੀ ਕਾਫੀ ਕੁਝ ਇਹ ਚੱਲਿਆ ਔਰ ਦਿੱਲੀ ਦਰਬਾਰ ਜਾ ਕੇ ਕੀ ਕੁਝ ਨਿਕਲਿਆ ਕੱਲ ਲੱਗਦਾ ਸੀ ਕਿ ਨਵਜੋਤ ਸਿੰਘ ਸਿੱਧੂ ਨੂੰ ਪ੍ਰਧਾਨਗੀ ਦਾ ਅਹੁਦਾ ਮਿਲ ਜਾਏਗਾ ਠੀਕ ਸ਼ਾਮ ਨੂੰ ਜਿਹੜੀਆਂ ਸੀ ਸਭ ਤਿਆਰੀਆਂ ਚੱਲ ਰਹੀਆਂ ਸਨ ਪਰ ਕੋਈ ਵੀ ਜਿਹੜਾ ਐਲਾਨ ਹੈ ਅਫੀਸ਼ੀਅਲ ਨਹੀਂ ਹੋਇਆ ਇਸ ਤੋਂ ਬਾਅਦ ਜੋ ਅੱਜ ਜਿਹੜੀਆਂ ਮੀਟਿੰਗਾਂ ਰਾਤ ਭਰ ਵੀ ਚੱਲਦੀਆਂ ਰਹੀਆਂ ਹੁਣ ਵੀ ਜਾਰੀ ਨੇ ਇਸ ਸਮੇਂ ਮੁਲਾਕਾਤ ਹੋਈ ਹੈ ਬਲਬੀਰ ਸਿੱਧੂ ਦੇ ਕਾਰਨ ਨਵਜੋਤ ਸਿੰਘ ਸਿੱਧੂ ਦੀ ਸੁਨੀਲ ਜਾਖੜ ਵੀ ਸਨ ਹੋਰ ਵੀ ਵੱਡੇ ਲੀਡਰ ਰਾਜਾ ਬੜਿੰਗ ਵੀ ਜਿਹੜੇ ਦਿਖਾਈ ਦਿੱਤੇ ਨੇ ਫੋਟੋਆਂ ਜਿਹੜੀਆਂ ਸਾਹਮਣੇ ਆਈਆਂ ਨੇ ਤੁਹਾਨੂੰ ਦਿਖਾ ਦਿੰਦੇ ਹਾਂ ਤਾਜ਼ਾ ਤਸਵੀਰਾਂ ਚੰਡੀਗੜ੍ਹ ਤੋਂ ਜਿਹੜੀਆਂ ਨਿਕਲ ਕੇ ਸਾਹਮਣੇ ਆ ਰਹੀਆਂ ਨੇ ਹੋ ਸਕਦਾ ਥੋੜੀ ਦੇਰ ਦੇ ਵਿੱਚ ਫਾਈਨਲ ਡਿਸੀਜਨ ਆ ਜਾਵੇ ਕਿ ਆਖਿਰਕਾਰ ਪੰਜਾਬ ਕਾਂਗਰਸ ਦੇ ਪ੍ਰਧਾਨ ਦਾ ਅਹੁਦਾ ਨਵਜੋਤ ਸਿੰਘ ਸਿੱਧੂ ਨੂੰ ਮਿਲਦਾ ਹੈ ਕਿ ਨਹੀਂ ਆਖਿਰਕਾਰ ਕੀ ਕੁਝ ਹੁੰਦਾ ਤੇ ਕੈਪਟਨ ਅਮਰਿੰਦਰ ਸਿੰਘ ਕਿਸ ਤਰੀਕੇ ਦਾ ਰਿਐਕਸ਼ਨ ਦਿੰਦੇ ਨੇ ਜੇਕਰ ਸਿੱਧੂ ਨੂੰ ਇਹ ਕੁਰਸੀ ਮਿਲ ਜਾਂਦੀ ਹੈ ਕੀ ਕੁਝ ਹੋ ਸਕਦਾ ਹੈ ਕਿਉਂਕਿ ਬੀਤੇ ਦਿਨ ਹੀ ਜਿਹੜੀ ਕੈਪਟਨ ਅਮਰਿੰਦਰ ਸਿੰਘ ਦੇ ਵੱਲੋਂ ਇੱਕ ਚਿੱਠੀ ਭੇਜੀ ਗਈ ਸੀ ਹਾਈ ਕਮਾਂਡ ਨੂੰ ਜਿਸ ਵਿੱਚ ਲਿਖਿਆ ਗਿਆ ਸੀ ਜੇਕਰ ਨਵਜੋਤ ਸਿੰਘ ਸਿੱਧੂ ਨੂੰ ਇਹ ਅਹੁਦਾ ਮਿਲਦਾ ਹੈ ਤੇ ਆਖਿਰਕਾਰ ਕੀ ਕੁਝ ਹੋਵੇਗਾ ਕਿਹੜੇ ਲੀਡਰ ਨਾਰਾਜ਼ ਹੋ ਸਕਦੇ ਨੇ ਕੀ ਕੁਝ ਗੱਲਾਂ ਦੇਖਣ ਨੂੰ ਮਿਲ ਸਕਦੀਆਂ ਨੇ ਜਿਸ ਤੋਂ ਬਾਅਦ ਹੁਣ ਨਵਜੋਤ ਸਿੰਘ ਸਿੱਧੂ ਐਕਸ਼ਨ ਦੇ ਵਿੱਚ ਨਜ਼ਰ ਆ ਰਹੇ ਨੇ ਜਿਸ ਤਰ੍ਹਾਂ ਦੇ ਉਹਨਾਂ ਦੇ ਜੈਸਟਰਸ ਲੱਗ ਰਹੇ ਨੇ ਲੱਗਦਾ ਹੈ ਕਿ ਖੁਸ਼ਖਬਰੀ ਉਹਨਾਂ ਦੇ ਲਈ ਹੈ ਪਰ ਹਾਲੇ ਤੱਕ ਕੁਝ ਕਹਿਣਾ ਜਿਹੜਾ ਅਸੀਂ ਫਾਈਨਲ ਨਹੀਂ ਕਹਿ ਸਕਦੇ ਕਿ ਕੁਝ ਡਿਸੀਜਨ ਲਿਆ ਜਾਂਦਾ ਥੋੜੀ ਦੇਰ ਤੱਕ ਕਲੀਅਰ ਹੋ ਜਾਵੇਗਾ ਪਰ ਤਾਜ਼ਾ ਤਸਵੀਰਾਂ ਚੰਡੀਗੜ੍ਹ ਤੋਂ ਤੁਹਾਨੂੰ ਦਿਖਾਉਂਦੇ ਹਾਂ 39 ਸੈਕਟਰ ਦੇ ਵਿੱਚ ਇੱਕ ਮੀਟਿੰਗ ਚੱਲ ਰਹੀ ਹੈ ਨਵਜੋਤ ਸਿੰਘ ਸਿੱਧੂ ਵੱਡੇ ਕੈਬਨਿਟ ਮਿਨਿਸਟਰ ਨੇ ਉਹਨਾਂ ਦੇ ਨਾਲ ਇਸ ਸਮੇਂ ਜਿਹੜੀ ਮੁਲਾਕਾਤ ਕਰ ਰਹੇ ਨੇ ਔਰ ਕੀ ਕੁਝ ਗੱਲਾਂ ਸਾਹਮਣੇ ਆ ਰਹੀਆਂ ਨੇ ਥੋੜੀ ਦੇਰ ਤੱਕ ਤੁਹਾਨੂੰ ਉਹਦੇ ਬਾਰੇ ਵੀ ਅਪਡੇਟ ਦੇ ਦਾਂਗੇ और उनके साथ जो है कल तक जो 4 से 5 विधायक दिखाई दे रहे थे उनकी तादाद अब बढ़ रही है आप देख सकते हैं कि ਪੰਜਾਬ ਕਾਂਗਰਸ ਦੇ ਪ੍ਰਧਾਨਗੀ ਦੇ ਅਹੁਦੇ ਨੂੰ ਲੈ ਕੇ ਜਿਹੜੀਆਂ ਇਸ ਸਮੇਂ ਚੰਡੀਗੜ੍ਹ ਦੇ ਵਿੱਚ ਬੈਠਕਾਂ ਚੱਲ ਰਹੀਆਂ ਨੇ ਉਸ ਨੂੰ ਲੈ ਕੇ ਗੱਲਬਾਤ ਕਰਾਂਗੇ ਵਿਨੀਤ ਕਪੂਰ ਦੇ ਨਾਲ ਵਿਨੀਤ ਜਾਨਣਾ ਚਾਹਾਂਗੇ ਆਖਿਰਕਾਰ ਬੈਠਕ ਹੋ ਰਹੀ ਹੈ ਬਲਬੀਰ ਸਿੱਧੂ ਦੇ ਘਰ ਮੁਲਾਕਾਤ ਹੋਈ ਹੈ ਕਿਹੜੇ ਵੱਡੇ ਲੀਡਰ ਇਸ ਸਮੇਂ ਸਿੱਧੂ ਦੇ ਨਾਲ ਮੌਜੂਦ ਸਨ ਦੇਖੋ ਸਿੱਧੇ ਤੌਰ ਤੇ ਜੇਕਰ ਬੈਠਕਾਂ ਦੀ ਗੱਲ ਕਰੀਏ ਜਿਸ ਢੰਗ ਦੇ ਨਾਲ ਨਵਜੋਤ ਸਿੰਘ ਸਿੱਧੂ ਪਟਿਆਲਾ ਤੋਂ ਤੁਰ ਰਹੇ ਨੇ ਚੰਡੀਗੜ੍ਹ ਆਉਂਦੇ ਨੇ ਉਹ ਸਭ ਤੋਂ ਪਹਿਲਾਂ ਪੰਚਕੁਲਾ ਸੁਨੀਲ ਜਾਖੜ ਦੀ ਜਿਹੜੀ ਨਿੱਜੀ ਰਿਹਾਇਸ਼ ਹੈ ਉਸ ਦੇ ਉੱਪਰ ਸੁਨੀਲ ਜਾਖੜ ਦੇ ਨਾਲ ਮੁਲਾਕਾਤ ਕਰਦੇ ਨੇ ਉਹ ਸੁਨੀਲ ਜਾਖੜ ਦੀ ਜਿਹੜੀ ਮੁਲਾਕਾਤ ਹੁੰਦੀ ਹੈ ਉਸ ਤੋਂ ਬਾਅਦ ਜਿਹੜੀ ਤਸਵੀਰ ਵੇਖਣ ਨੂੰ ਮਿਲਦੀ ਹੈ ਦੋਨੋਂ ਇੱਕ ਦੂਜੇ ਨੂੰ ਜੱਫੀ ਪਾ ਕੇ ਘਰ ਤੋਂ ਬਾਹਰ ਨਿਕਲਦੇ ਨੇ ਔਰ ਉਸ ਤੋਂ ਬਾਅਦ ਸਿੱਧੇ ਤੌਰ ਤੇ ਨਵਜੋਤ ਸਿੰਘ ਸਿੱਧੂ ਦੀ ਗੱਲ ਕਰੀਏ ਸਰਕਿਟ ਹਾਊਸ ਚੰਡੀਗੜ੍ਹ ਪਹੁੰਚਦੇ ਨੇ ਇੱਥੇ ਸਭ ਤੋਂ ਪਹਿਲਾਂ ਸੁਖਜਿੰਦਰ ਸਿੰਘ ਰੰਧਾਵਾ ਦੇ ਘਰੇ ਪਹੁੰਚਦੇ ਨੇ ਉਹਨਾਂ ਨਾਲ ਮੁਲਾਕਾਤ ਕਰਦੇ ਨੇ ਔਰ ਉਸ ਤੋਂ ਬਾਅਦ ਬਲਬੀਰ ਸਿੰਘ ਸਿੱਧੂ ਦੇ ਘਰੇ ਔਰ ਹੁਣ ਲਾਲ ਸਿੰਘ ਜਿਹੜੇ ਸੀਨੀਅਰ ਆਗੂ ਨੇ ਕਾਂਗਰਸ ਦੇ ਉਹਨਾਂ ਦੇ ਘਰੇ ਨਵਜੋਤ ਸਿੰਘ ਸਿੱਧੂ ਮੌਜੂਦ ਨੇ ਲਗਾਤਾਰ ਬੈਠਕਾਂ ਕਰ ਰਹੇ ਨੇ ਸੀਨੀਅਰ ਲੀਡਰਾਂ ਦੇ ਨਾਲ ਔਰ ਇਹਨੂੰ ਕੜਸੀ ਬੈਠਕ ਕਹਿ ਸਕਦੇ ਹਾਂ ਕਿ ਜਿਸ ਢੰਗ ਦੇ ਨਾਲ ਥਾਪੜਾ ਦੇ ਤਾਂ ਪਾਰਟੀ ਵਾਲਾ ਕਮਾਨ ਨੇ ਲੇਕਿਨ ਸਾਰੇ ਲੀਡਰਾਂ ਦੀ ਰਜ਼ਾਮੰਦਗੀ ਜ਼ਰੂਰੀ ਹੈ ਕਿਉਂਕਿ ਕੈਪਟਨ ਅਮਰਿੰਦਰ ਸਿੰਘ ਨੇ ਜਿਸ ਢੰਗ ਦੇ ਨਾਲ ਕਲਿਕ ਗੱਲੀ ਨੂੰ ਨਾਰਾਜ਼ਗੀ ਜਤਾਈ ਸੀ ਤੇ ਉਸ ਤੋਂ ਬਾਅਦ ਇੱਕ ਪਾਸੇ ਹਰੀਸ਼ ਰਾਵਤ ਵੀ ਚੰਡੀਗੜ੍ਹ ਮੌਜੂਦ ਨੇ ਉਹ ਕਿਤੇ ਨਾ ਕਿਤੇ ਕੈਪਟਨ ਅਮਰਿੰਦਰ ਸਿੰਘ ਨੂੰ ਮਨਾਉਣ ਦੀ ਕੋਸ਼ਿਸ਼ ਕਰ ਰਹੇ ਨੇ ਦੂਜੇ ਪਾਸੇ ਨਵਜੋਤ ਸਿੰਘ ਸਿੱਧੂ ਲੀਡਰਾਂ ਨਾਲ ਮਿਲ ਰਹੇ ਨੇ ਯਾਨੀ ਮੈਜੋਰਟੀ ਬੰਦੀ ਹੋਈ ਨਜ਼ਰ ਆ ਰਹੀ ਹੈ ਉਸ ਤੋਂ ਬਾਅਦ ਕਿਹਾ ਜਾ ਰਿਹਾ ਕਿ ਆ ਸਾਰੇ ਲੀਡਰ ਜਿਹੜੇ ਨੇ ਸਿੱਧਾ ਫਾਰਮ ਹਾਊਸ ਵੀ ਜਾਂਦੇ ਹੋਏ ਨਜ਼ਰ ਆਣਗੇ ਜੇਕਰ ਕੈਪਟਨ ਅਮਰਿੰਦਰ ਸਿੰਘ ਰਜ਼ਾਮੰਦ ਹੁੰਦੇ ਹੋਏ ਨਜ਼ਰ ਆਉਂਦੇ ਨੇ ਜੀ ਵਿਨੀਤ ਕੀ ਕੁਝ ਹੋ ਸਕਦਾ ਹੈ ਜੇਕਰ ਅੱਜ ਅਫੀਸ਼ੀਅਲ ਅਨਾਉਂਸਮੈਂਟ ਹੋ ਜਾਂਦੀ ਹੈ ਤੁਹਾਨੂੰ ਲੱਗਦਾ ਹੈ ਕਿ ਕੈਪਟਨ ਅਮਰਿੰਦਰ ਸਿੰਘ ਰਜ਼ਾਮੰਦ ਹੋ ਜਾਂਦੇ ਨੇ ਖੁਸ਼ ਦਿਖਾਈ ਦੇਣਗੇ
ਬਿਲਕੁਲ ਦੇਖੋ ਅਗਰ ਅੱਜ ਕੈਪਟਨ ਅਮਰਿੰਦਰ ਸਿੰਘ ਰਜ਼ਾਮੰਦ ਹੋ ਜਾਂਦੇ ਨੇ ਹਰੀ ਝੰਡੀ ਮਿਲ ਜਾਂਦੀ ਹੈ ਕੈਪਟਨ ਅਮਰਿੰਦਰ ਸਿੰਘ ਦੀ ਤਰਫੋਂ ਪਾਰਟੀ ਆਲਾ ਕਮਾਨ ਨੂੰ ਵੀ ਤੇ ਫਿਰ ਸਿੱਧੇ ਤੌਰ ਤੇ ਕਿਹਾ ਜਾ ਸਕਦਾ ਵੀ ਕਿਸੇ ਸਮਾਂ ਨਵਜੋਤ ਸਿੰਘ ਸਿੱਧੂ ਦੀ ਬਤੌਰ ਪ੍ਰਧਾਨ ਅਨਾਊਂਸਮੈਂਟ ਹੋ ਸਕਦੀ ਹੈ ਕਿਉਂਕਿ ਉਸੇ ਨਿਸ਼ਾ ਦੇ ਵਿੱਚ ਦੋਨੋਂ ਲੀਡਰ ਅੱਜ ਕਿਤੇ ਨਾ ਕਿਤੇ ਚੰਡੀਗੜ੍ਹ ਦੇ ਵਿੱਚ ਮੌਜੂਦ ਨੇ ਹਰੀਸ਼ ਰਾਵਤ ਨੂੰ ਵੀ ਚੰਡੀਗੜ੍ਹ ਭੇਜ ਦਿੱਤਾ ਗਿਆ ਇਸ ਤੋਂ ਇਲਾਵਾ ਨਵਜੋਤ ਸਿੰਘ ਸਿੱਧੂ ਵੀ ਬਾਕੀ ਲੀਡਰਾਂ ਨਾਲ ਮੁਲਾਕਾਤ ਕਰ ਰਹੇ ਨੇ ਯਾਨੀ ਸਾਰਿਆਂ ਨਾਲ ਗੱਲਬਾਤ ਹੋ ਰਹੀ ਹੈ ਵੀ ਕਿਸੇ ਨੂੰ ਨਾਰਾਜ਼ੀ ਤੇ ਨਹੀਂ ਹੈ ਕਿਉਂਕਿ ਇਹ ਕਿਹਾ ਜਾ ਰਿਹਾ ਸੀ ਕਿ ਨਵਜੋਤ ਸਿੰਘ ਸਿੱਧੂ ਨੂੰ ਜੇਕਰ ਪ੍ਰਧਾਨ ਲਾਇਆ ਜਾਂਦਾ ਤਾਂ ਫਿਰ ਜਿਹੜੇ ਟਕਸਾਲੀ ਕਾਂਗਰਸੀ ਹੈ ਉਹ ਨਾਰਾਜ਼ ਹੋ ਸਕਦੇ ਹੈ ਇਸੇ ਕਰਕੇ ਜਿਹੜੇ ਸੀਨੀਅਰ ਲੀਡਰ ਹੈ ਉਹਨਾਂ ਨਾਲ ਖੁਦ ਨਵਜੋਤ ਸਿੰਘ ਸਿੱਧੂ ਮੁਲਾਕਾਤ ਕਰ ਰਹੇ ਨੇ ਹਾਲਾਂਕਿ ਮੁਲਾਕਾਤਾਂ ਦਾ ਪਹਿਲੂ ਕੀ ਰਹੂਗਾ ਕਿਸ ਢੰਗ ਨਾਲ ਮੁਲਾਕਾਤਾਂ ਅਸੀਂ ਟਚੜਦੀਆਂ ਨਜ਼ਰ ਆਉਣਗੀਆਂ ਆਉਣ ਵਾਲਾ ਸਮਾਂ ਦੱਸੂਗਾ ਲੇਕਿਨ ਹੁਣ ਲਾਲ ਸਿੰਘ ਦੇ ਘਰ ਵੀ ਹਲਚਲ ਸ਼ੁਰੂ ਹੋ ਚੁੱਕੀ ਹੈ ਜਿਹੜੇ ਇੱਥੋਂ ਵੀ ਨਵਜੋਤ ਸਿੰਘ ਸਿੱਧੂ ਬਾਹਰ ਆਉਣ ਵਾਲੇ ਨੇ ਇਸ ਤੋਂ ਬਾਅਦ ਹੋਰ ਜਿਹੜੇ ਲੀਡਰ ਨੇ ਚਾਹੇ ਉਸਦੇ ਵਿੱਚ ਸਾਧੂ ਸਿੰਘ ਧਰਮਸੋਤ ਦੀ ਗੱਲ ਕਰੀਏ ਹੋਰ ਕਈ ਕੈਬਨਿਟ ਵਜ਼ੀਰ ਇੱਥੇ ਮੌਜੂਦ ਨੇ ਜਿਨ੍ਹਾਂ ਦੇ ਘਰ ਇੱਥੇ ਮੌਜੂਦ ਨੇ ਉਹਨਾਂ ਨਾਲ ਵੀ ਗੱਲਬਾਤ ਹੋਊਗੀ ਉਸ ਤੋਂ ਬਾਅਦ ਸਿਸਵਾ ਫਾਰਮ ਹਾਊਸ ਦੀ ਤਸਵੀਰਾਂ ਵੀ ਤੁਹਾਨੂੰ ਦਿਖਾਵਾਂਗੇ ਕਿਉਂਕਿ ਸਿਸਵਾ ਫਾਰਮ ਹਾਊਸ ਦੇ ਹਰੀਸ਼ ਰਾਵਤ ਮੌਜੂਦ ਨੇ ਉਹ ਕੀ ਮਾਹੌਲ ਬਣਾ ਪਾਉਂਦੇ ਨੇ ਉੱਥੇ ਕਿ ਕੈਪਟਨ ਅਮਰਿੰਦਰ ਸਿੰਘ ਰਜ਼ਾਮੰਦ ਹੁੰਦੇ ਨੇ ਆਹ ਇੱਕ ਅਹਿਮ ਪਹਿਲੂ ਰਹੂਗਾ ਬਿਲਕੁਲ ਜਾਣਕਾਰੀ ਦੇਣ ਲਈ ਧੰਨਵਾਦ ਇਸ ਤਰ੍ਹਾਂ ਚੰਡੀਗੜ੍ਹ ਤੋਂ ਸਾਡੇ ਸਹਿਯੋਗੀ ਵਿਨੀਤ ਕਪੂਰ ਜਿਨ੍ਹਾਂ ਨੇ ਜਾਣਕਾਰੀ ਸਾਂਝੀ ਕੀਤੀ ਹੈ ਕਿਸ ਤਰੀਕੇ ਦੇ ਨਾਲ ਇਸ ਸਮੇਂ ਚੰਡੀਗੜ੍ਹ ਦੇ ਵਿੱਚ ਮੀਟਿੰਗਾਂ ਚੱਲ ਰਹੀਆਂ ਨੇ ਨਵਜੋਤ ਸਿੰਘ ਸਿੱਧੂ ਵੱਡੇ ਕੈਬਨਿਟ ਲੀਡਰ ਦੇ ਨਾਲ ਮੁਲਾਕਾਤ ਕਰ ਰਹੇ ਨੇ ਰਜ਼ਾਮੰਦੀ ਜਿਹੜੀ ਮਿਲਦੀ ਹੋਈ ਦਿਖਾਈ ਦੇ ਰਹੀ ਹੈ ਕਿ ਖੁਸ਼ ਦਿਖਾਈ ਦੇ ਰਹੇ ਨੇ ਕਿਉਂਕਿ ਕਈ ਲੀਡਰਾਂ ਦੇ ਨਾਲ ਨਵਜੋਤ ਸਿੰਘ ਸਿੱਧੂ ਦੀ ਜੱਫੀ ਪੈਂਦੀ ਹੋਈ ਦਿਖਾਈ ਦੇ ਰਹੀ ਹੈ ਕਾਫੀ ਜਿਹੜੀਆਂ ਵੀਡੀਓਜ਼ ਸਾਹਮਣੇ ਆਈਆਂ ਨੇ ਤਸਵੀਰਾਂ ਸਾਹਮਣੇ ਆਈਆਂ ਨੇ ਔਰ ਹੋ ਸਕਦਾ ਥੋੜੀ ਦੇਰ ਦੇ ਵਿੱਚ ਪੰਜਾਬ ਕਾਂਗਰਸ ਦੇ ਪ੍ਰਧਾਨ ਅਹੁਦੇ ਦੇ ਬਾਰੇ ਅਨਾਊਂਸਮੈਂਟ ਹੋ ਸਕਦੀ ਹੈ ਅਫੀਸ਼ੀਅਲ ਅਨਾਊਂਸਮੈਂਟ ਹੋ ਸਕਦੀ ਹੈ ਕਿ ਨਵਜੋਤ ਸਿੰਘ ਸਿੱਧੂ ਨੂੰ ਬਣਾਇਆ ਜਾਵੇ ਜਾਂ ਨਹੀਂ ਅਪਡੇਟ ਤੁਹਾਨੂੰ ਦਿੰਦੇ ਰਹਾਂਗੇ ਜੁੜੇ ਰਹੋ ਡੇਲੀ ਪੋਸਟ ਪੰਜਾਬੀ ਦੇ ਨਾਲ और उनके साथ जो है कल तक जो 4 से 5 विधायक दिखाई दे रहे थे उनकी तादाद अब बढ़ रही है आप देख सकते हैं और उनके साथ जो है कल तक जो 4 से 5 विधायक दिखाई दे रहे थे उनकी तादाद अब बढ़ रही है आप देख सकते हैं ਪ੍ਰਧਾਨ ਅਹੁਦੇ ਨੂੰ ਲੈ ਕੇ ਸੁਖਜਿੰਦਰ ਰੰਧਾਵਾ ਜੀ ਦੇ ਨਾਲ ਜਦੋਂ ਗੱਲਬਾਤ ਕੀਤੀ ਗਈ ਮੀਡੀਆ ਦੇ ਨਾਲ ਉਹ ਰੂਬਰੂ ਹੋਏ ਤਾਂ ਉਹਨਾਂ ਦਾ ਕਹਿਣਾ ਸੀ ਕਿ ਜੇਕਰ ਵਿਕਾਸ ਚਾਹੀਦਾ ਤੇ ਅੱਜ ਅਨਾਊਂਸਮੈਂਟ ਹੋ ਜਾਣੀ ਚਾਹੀਦੀ ਹੈ ਵੱਡੇ ਲੀਡਰ ਦਾ ਕੀ ਕਹਿਣਾ ਇਸ ਪੂਰੇ ਮਾਮਲੇ ਨੂੰ ਲੈ ਕੇ ਆਓ ਤੁਹਾਨੂੰ ਇੱਕ ਵਾਰੀ ਸੁਣਾ ਦਿੰਦੇ ਹਾਂ देखिए कांग्रेस पार्टी के लिए कांग्रेस को मजबूत करने के लिए टाइम तो ठीक है और आज अनाउंस हो जाना चाहिए तो सुखी रंधावा है कैबिनेट मंत्री है पंजाब सिद्धू साहब का बनना तय है पार्टी अध्यक्ष देखिए कांग्रेस पार्टी के लिए कांग्रेस को मजबूत करने के लिए टाइम तो ठीक है और आज अनाउंस हो जाना चाहिए तो सुखी रंधावा है कैबिनेट मंत्री है पंजाब